ਸਿਆਸਤ, ਵਪਾਰ, ਖੇਡਾਂ ਅਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਸ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ ਟੀਵੀ 'ਤੇ, ਅਤੇ ਮੈਂ ਹਾਂ ਤੁਹਾਡੇ ਨਾਲ ਨਯਨ। ਅਕਸ਼ੇ ਦੇ 25 ਕਰੋੜ ਦੀ ਡੋਨੇਸ਼ਨ ਤੋਂ ਬਾਅਦ ਹੁਣ ਆਮਿਰ ਖਾਨ ਨੇ ਕਿੰਨੇ ਕਰੋੜ ਡੋਨੇਟ ਕੀਤੇ ਹੈ? ਜੀ ਹਾਂ, ਅੱਜ ਕੱਲ੍ਹ ਇਹ ਵੱਡਾ ਸਵਾਲ ਬਣਿਆ ਹੋਇਆ ਕਿ ਆਮਿਰ ਖਾਨ ਨੇ ਕੋਰੋਨਾ ਦੇ ਖਿਲਾਫ ਜੰਗ ਨੂੰ ਲੜਨ ਲਈ ਕਿੰਨੇ ਕਰੋੜ ਦਾ ਮਹਾਦਾਨ ਕੀਤਾ ਹੈ। ਪਰ ਆਮਿਰ ਖਾਨ ਨੇ ਆਪਣੇ ਇਸ ਮਹਾਦਾਨ ਨੂੰ ਗੁਪਤ ਰੱਖਿਆ, ਅਜਿਹਾ ਕਿਉਂ ਕੀਤਾ ਹੈ ਆਮਿਰ ਖਾਨ ਨੇ? ਤੁਸੀਂ ਵੀ ਦੇਖੋ ਦੈਨਿਕ ਸਵੇਰਾ ਟੀਵੀ ਦੀ ਇਹ ਖਾਸ ਰਿਪੋਰਟ। ਪਹਿਲਾਂ ਸਲਮਾਨ ਖਾਨ, ਫਿਰ ਸ਼ਾਹਰੁਖ ਖਾਨ ਅਤੇ ਹੁਣ ਆਮਿਰ ਖਾਨ ਨੇ ਵੀ ਦੇਸ਼ ਦਾ ਇਸ ਔਖੀ ਘੜੀ ਦੇ ਵਿੱਚ ਸਾਥ ਦਿੱਤਾ। ਜਿੱਥੇ ਸ਼ਾਹਰੁਖ ਨੇ ਆਪਣੀ ਰਿਹਾਇਸ਼ BMC ਨੂੰ ਦੇ ਦਿੱਤੀ ਅਤੇ ਸਲਮਾਨ ਨੇ 25,000 ਦਿਹਾੜੀ ਮਜ਼ਦੂਰਾਂ ਦੇ ਖਾਤਿਆਂ ਵਿੱਚ ਪੈਸੇ ਪਵਾਏ। ਉਧਰ ਆਮਿਰ ਨੇ ਵੀ ਕੁਝ ਹਟ ਕੇ ਕੀਤਾ। ਆਮਿਰ ਨੇ PM ਰਿਲੀਫ ਫੰਡ ਅਤੇ CM ਰਿਲੀਫ ਫੰਡ ਤੋਂ ਇਲਾਵਾ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈ ਨੂੰ ਡੋਨੇਸ਼ਨ ਦਿੱਤੀ ਹੈ। ਨਾਲ ਹੀ ਨਾਲ ਆਮਿਰ ਨੇ ਦਿਹਾੜੀ ਮਜ਼ਦੂਰਾਂ ਲਈ ਵੀ ਵੱਡੀ ਰਕਮ ਦਾਨ ਕੀਤੀ ਹੈ। ਤੇ ਉਹਨਾਂ ਦੀ ਫਿਲਮ ਲਾਲ ਸਿੰਘ ਚੱਡਾ ਵਿੱਚ ਕੰਮ ਕਰ ਰਹੇ ਡੇਲੀ ਵੇਗਸ ਇੰਪਲੋਈਜ਼ ਦੀ ਵੀ ਅਲੱਗ ਤੋਂ ਹੀ ਇਸ ਔਖੀ ਘੜੀ ਦੇ ਵਿੱਚ ਆਰਥਿਕ ਮਦਦ ਕੀਤੀ ਹੈ। ਅਮੀਰ ਦੇ ਇਸ ਦਾਨ ਨੂੰ ਮਹਾਦਾਨ ਕਿਹਾ ਜਾ ਰਿਹਾ ਅਤੇ ਇਹਦਾ ਕਹਿਣਾ ਲਾਜ਼ਮੀ ਵੀ ਹੈ, ਕਿਉਂਕਿ ਅਮੀਰ ਨੇ ਹਰ ਵਾਰ ਦੀ ਤਰ੍ਹਾਂ ਆਪਣੇ ਕੀਤੇ ਇਸ ਮਹਾਦਾਨ ਨੂੰ ਗੁਪਤ ਰੱਖਿਆ ਅਤੇ ਬਾਕੀ ਸੈਲੀਬ੍ਰਿਟੀਜ਼ ਦੀ ਤਰ੍ਹਾਂ ਅਮੀਰ ਨੇ ਰਿਵੀਲ ਵੀ ਨਹੀਂ ਕੀਤਾ ਕਿ ਉਹ ਕਿੰਨੀ ਡੋਨੇਸ਼ਨ ਦੇ ਰਹੇ ਨੇ। ਅਤੇ ਐਕਟਰਸ ਰਿਚਾ ਚੱਡਾ ਦਾ ਵੀ ਕਹਿਣਾ ਹੈ ਕਿ ਅਮੀਰ ਨੂੰ ਰਿਵੀਲ ਕਰਨਾ ਚਾਹੀਦਾ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਉਹ ਕਿੰਨੀ ਵੱਡੀ ਸ਼ਖਸੀਅਤ ਹੈ ਜਿਹੜੇ ਕਿ ਹਮੇਸ਼ਾ ਹੀ ਮਾਨਵਤਾ ਦੀ ਸੇਵਾ ਲਈ ਅੱਗੇ ਆਉਂਦੇ ਨੇ। ਪਰ ਅਮੀਰ ਦੀ ਸੋਚ ਇਸ ਤੋਂ ਉਲਟ ਹੈ। ਅਮੀਰ ਦਾ ਮੰਨਣਾ ਹੈ ਕਿ ਜੇ ਮਦਦ ਕਰਕੇ ਦੱਸਤਾ ਕਿ ਮਦਦ ਕੀਤੀ ਹੈ ਤਾਂ ਉਹ ਮਦਦ ਕਿਸ ਕੰਮ ਦੀ? ਅਕਸ਼ੇ ਕੁਮਾਰ ਅਤੇ ਕਪਿਲ ਸ਼ਰਮਾ ਦੀ ਡੋਨੇਸ਼ਨ ਤੋਂ ਬਾਅਦ ਤਿੰਨੋਂ ਖਾਨ, ਯਾਨੀ ਕਿ ਸਲਮਾਨ ਖਾਨ, ਸ਼ਾਹਰੁਖ ਖਾਨ ਅਤੇ ਆਮਿਰ ਖਾਨ 'ਤੇ ਸਵਾਲ ਉੱਠ ਰਹੇ ਸੀ ਕਿ ਕਿਉਂ ਇਹਨਾਂ ਨੇ ਹਲੇ ਤੱਕ ਕੋਰੋਨਾ ਦੇ ਖਿਲਾਫ਼ ਜੰਗ ਨੂੰ ਲੜਨ ਲਈ ਕੁਝ ਵੀ ਡੋਨੇਟ ਨਹੀਂ ਕੀਤਾ। ਪਰ ਹੁਣ ਸ਼ਾਹਰੁਖ ਖਾਨ ਅਤੇ ਸਲਮਾਨ ਖਾਨ ਤੋਂ ਬਾਅਦ ਆਮਿਰ ਖਾਨ ਨੇ ਵੀ ਵੱਡਾ ਮਹਾਦਾਨ ਕਰ ਦਿੱਤਾ ਹੈ ਅਤੇ ਜ਼ਾਹਿਰ ਜੀ ਗੱਲ ਹੈ ਕਿ ਵਿਰੋਧੀਆਂ ਦੇ ਵੀ ਮੂੰਹ ਬੰਦ ਹੋ ਗਏ ਹੋਣਗੇ। ਖੈਰ, ਤੁਹਾਡੀ ਕੀ ਹੈ ਇਸ ਬਾਰੇ ਰਾਏ, ਸਾਨੂੰ ਜ਼ਰੂਰ ਦੱਸੋ ਨੀਚੇ ਦਿੱਤੇ ਗਏ ਕਮੈਂਟ ਬਾਕਸਿਸ ਦੇ ਵਿੱਚ। ਅਤੇ ਹੋਰ ਨਵੀਆਂ ਅਤੇ ਲੇਟੈਸਟ ਅਪਡੇਟਸ ਦੇ ਲਈ ਤੁਸੀਂ ਜੁੜੇ ਰਹੋ ਦੈਨਿਕ ਸਵੇਰਾ ਟੀਵੀ ਦੇ ਨਾਲ ਅਤੇ ਐਂਟਰਟੇਨਮੈਂਟ ਦੀਆਂ ਹੋਰ ਖਬਰਾਂ ਲਈ ਜ਼ਰੂਰ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਸਵੇਰਾ ਸਟਾਰ ਟਾਕਸ। All World Open Challenge 17-time gold medalist Mia Rafiq Mohammed, Pandit Maulvi Begum Tantrik, inna chora thagga to saavdan, specialist Vashikaran, satta number, love marriage, pati patni ch anban, videsh ch pakka hona, karobar da na chalna, sirf 31 ghantiyan vich samadhan, free, Mia Rafiq Mohammed, mobile 84374 94647, 84374 94648.